ਹੈਲੋ ਸਟੂਡੈਂਟਸ ਸੋ ਅੱਜ ਆਪਾਂ ਪੋਲੀਨੋਮੀਅਲ ਦਾ ਪਾਰਟ ਨੰਬਰ 3 ਡਿਸਕਸ ਕਰਾਂਗੇ ਹੁਣ ਤੱਕ ਆਪਾਂ ਇਹਦੇ ਦੋ ਪਾਰਟ ਡਿਸਕਸ ਕਰ ਚੁੱਕੇ ਆਈ ਹੋਪ ਤੁਹਾਨੂੰ ਉਹ ਪਸੰਦ ਆਏ ਹੋਣਗੇ ਸੋ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਤਾਂ ਤੁਸੀਂ ਇਹਨੂੰ ਤੁਹਾਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਨੋਟੀਫਿਕੇਸ਼ਨਸ ਮਿਲਦੇ ਰਹਿਣ ਜਲਦੀ ਆਪਾਂ ਸਾਇੰਸ ਦਾ ਟੌਪਿਕ ਵੀ ਲੈ ਕੇ ਆ ਰਹੇ ਹਾਂ ਸੋ ਐਨ ਜੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਸੋ ਆਜੋ ਆਜਾ ਆਪਾਂ ਨੈਕਸਟ ਟੌਪਿਕ ਕਰਨੇ ਆ ਜੀ ਰਿਮੇਂਡਰ ਥਿਊਰਮ ਕਰਾਂਗੇ ਜੀ ਰਿਮੇਂਡਰ ਥਿਊਰਮ ਕੀ ਹੁੰਦੀ ਹੈ ਜੀ ਉਹ ਸਮਝਨੇ ਆਪਾਂ ਕਿ ਰਿਮੇਂਡਰ ਥਿਊਰਮ ਕੀ ਹੁੰਦੀ ਹੈ ਜੀ ਠੀਕ ਹੈ ਜੀ ਅਗਰ ਕੋਈ ਪੀ ਐਕਸ ਨੂੰ ਆਪਾਂ ਡਿਵਾਈਡ ਕਰਨੇ ਆ ਕੋਈ ਬਾਈਨੋਮੀਅਲ ਨਾਲ ਅਗਰ ਆਪਾਂ ਪੋਲੀਨੋਮੀਅਲ ਨੂੰ ਕਿਸੇ ਦੂਜੇ ਪੋਲੀਨੋਮੀਅਲ ਨਾਲ ਡਿਵਾਈਡ ਕਰਨੇ ਆ ਜਾਂ ਬਾਈਨੋਮੀਅਲ ਨਾਲ ਡਿਵਾਈਡ ਕਰਨੇ ਆ ਤਾਂ ਰਿਮੇਂਡਰ ਕੀ ਆਏਗਾ ਜੀ ਪੀ ਐ ਕਹਿੰਦਾ ਮਤਲਬ ਕੀ ਹੈ ਇਹ ਤਾਂ ਜਸਟ ਡੈਫੀਨੇਸ਼ਨ ਸੀ ਮਨ ਲਓ ਕਿ ਦੇਖੋ ਅਗਰ x 2 ਹੈ a ਦੀ ਅਗਰ ਮੈਂ 2 ਲੈ ਲ ਨਾ ਠੀਕ ਹੈ ਜੀ x 2 ਨੂੰ ਮੈਂ ਡਿਵਾਈਡ ਕਰ ਰਿਹਾ ਕਿਸੇ ਪੋਲੀਨੋਮੀਅਲ ਨਾਲ ਠੀਕ ਹੈ ਜੀ x 2 ਸਿਰਫ ਉਹਦਾ 2 ਮੀਨਸ x 2 ਨੂੰ ਇਕੁਅਲ ਟੂ 0 ਕਰ ਦਾਂਗੇ x 2 0 ਤੇ ਮਾਈਨਸ ਹੈ ਉਧਰ ਜਾ ਕੇ ਕੀ ਹੋ ਜਾਏਗਾ x ਦੀ 2 ਤਾਂ ਜਦੋਂ ਮੈਂ ਪੋਲੀਨੋਮੀਅਲ ਦੇ ਵਿੱਚ 2 ਪਾਵਾਂਗਾ ਠੀਕ ਹੈ ਜੀ ਜਦੋਂ ਮੈਂ ਪੁਲ ਨੰਬਰ ਦੇ ਵਿੱਚ 2 ਭਰਿਆ ਤਾਂ ਮੇਰਾ ਕੀ ਆ ਜਾਏਗਾ ਜੀ ਆਨਸਰ ਆ ਜਾਏਗਾ ਮਿੰਦਰ ਮਿੰਦਰ ਆ ਜਾਏਗਾ ਕਹਿੰਦੇ ਵੱਲ ਆਜੋ ਆਪਾਂ ਐਗਜ਼ਾਮਪਲ ਨਾਲ ਦੇਖਨੇ ਆ ਐਗਜ਼ਾਮਪਲ ਦੇਖੋ ਜੀ ਪੋਲੀਨੋਮੀਅਲ ਦਿੱਤਾ ਹੈ ਸਾਨੂੰ x³ 4x² 7x 10 ਜਦੋਂ ਮੈਂ ਨੂੰ x 2 ਨਾਲ ਡਿਵਾਈਡ ਕੀਤਾ ਤੇ ਇੱਕ ਤਰ੍ਹਾਂ ਦਾ ਪੋਲੀਨੋਮੀਅਲ तो है बट बायनोमीअल है क्योंकि इंटर दोम्स ने तेनों कहोंगे बायनोमीअल तो आप चैक करना रिमेंडर देखो मैं क्या कि एक्स माइनस टू इक्ल टू जीरो कर लेना ठीक है जी एक्स माइनस टू न कर लीरो तो इक्ल कर लिया एक्स इक्ल टू टू पुट करना मीनस जिथे जिथे एक्स होएगा उ आपको की पुट कर देना जी टू तो देखो एक्स क्यूब मीनस टू का क्यूब जी एट ਤਿਆਨਾ ਦੇਖੋ ਜੀ 2 ਦਾ ਕਯੂਬ ਆ ਗਿਆ ਸਾਡੇ ਕੋਲ 8 ਫਿਰ ਆਪਾਂ ਨੂੰ -16 7 2 14 10 ਸੋਲਵ ਕਰਕੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ ਜੀ -12 ਤੇ -12 ਉਹ ਸਾਡਾ ਕੀ ਹੈ ਜੀ ਰਿਮੇਂਡਰ ਹੈ ਇਹਨੂੰ ਹੀ ਆਪਾਂ ਕੀ ਕਹਿੰਦੇ ਆ ਜੀ ਰਿਮੇਂਡਰ ਥਿਊਰਮ ਮੈਂ ਰਿਪੀਟ ਕਰਨਾ ਜੀ ਅਗਰ ਮੈਂ ਬਾਈਨੋਮੀਅਲ ਨੂੰ ਕਿਸੇ ਪੋਲੀਨੋਮੀਅਲ ਨਾਲ ਡਿਵਾਈਡ ਕਰਨਾ ਠੀਕ ਹੈ ਜੀ ਤਾਂ ਬਾਈਨੋਮੀਅਲ ਜਿਹੜਾ ਹੋਏਗਾ ਇਕੁਅਲ ਪਹਿਲਾਂ ਮੈਂ ਜ਼ੀਰੋ ਪੁੱਟ ਕਰਾਂਗਾ x ਦਾ ਅਨਸਰ ਕਰ ਲਾਂਗਾ ਉਹੀ x ਮੈਂ ਪੋਲੀਨੋਮੀਅਲ ਦੇ ਵਿੱਚ ਕੀ ਕਰਦਾਗਾ ਪੁੱਟ ਕਰਦਾਗਾ ਤੇ ਉਹ ਮਾਰ ਸਾਡਾ ਕੀ ਆ ਜਾਏਗਾ ਜੀ ਅਨਸਰ ਦੇਖੋ ਇਹ 9th ਵਿੱਚ ਆਪਾਂ ਰਿਮੈਂਡਰ ਥਿਊਰਮ ਕਰਨੇ ਆ 10th ਵਿੱਚ ਐਲਗੋਰਿਥਮ ਥਿਊਰਮ ਵੀ ਆਂਦੀ ਹੈ ਠੀਕ ਹੈ ਜੀ ਉਹ ਬੰਦੇ ਲੌਂਗ ਡਿਵੀਜ਼ਨ ਮੈਥਡ ਠੀਕ ਹੈ ਜੀ ਅਗਰ ਤਾਂ ਸਾਨੂੰ ਨਹੀਂ 기ਵਨ ਅਗਰ ਸਾਨੂੰ ਨਹੀਂ 기ਵਨ ਕਿ ਆਪਾਂ ਨੂੰ ਐਲਗੋਰਿਥਮ ਮੈਥਡ ਨਾਲ ਕਰਨਾ ਹੈ ਜਾਂ ਰਿਮੈਂਡਰ ਥਿਊਰਮ ਨਾਲ ਕਰਨਾ ਹੈ ਤਾਂ ਆਪਾਂ ਰਿਮੈਂਡਰ ਥਿਊਰਮ ਨਾਲ ਵੀ ਕਰ ਸਕਦੇ ਆ ਨਹੀਂ ਤੇ ਆਪਾਂ ਅਗਰ 기ਵਨ ਹੈ ਕਿ ਇਹਨੂੰ ਐਲਗੋਰਿਥਮ ਮੈਥਡ ਨਾਲ ਕਰਨਾ ਹੈ ਲੌਂਗ ਡਿਵੀਜ਼ਨ ਨਾ ਕਰਨਾ ਤਾਂ ਆਪਾਂ ਫਿਰ ਇਹ ਲੌਂਗ ਡਿਵੀਜ਼ਨ ਅਪਲਾਈ ਕਰ ਦਾਂਗੇ ਨਹੀਂ ਤੇ ਆਪਣੇ ਕੋਲ ਰਿਮੇਂਡਰ ਥਿਊਰਮ ਹੈ ਰਿਮੇਂਡਰ ਥਿਊਰਮ ਕੀ ਹੈ ਇਹ ਤੁਸੀਂ ਦੇਖ ਹੀ ਰਹੇ ਹੋ ਕਿ ਰਿਮੇਂਡਰ ਥਿਊਰਮ ਮੀਨਸ ਵੀ ਕੈਨ ਫਾਈਂਡ ਦਾ ਰਿਮੇਂਡਰ ਵਿਦਾਊਟ ਯੂਜ਼ਿੰਗ ਲੌਂਗ ਡਿਵੀਜ਼ਨ ਤਾਂ ਲੌਂਗ ਡਿਵੀਜ਼ਨ ਨੂੰ ਕੀਤੇ ਬਿਨਾ ਹੀ ਆਪਾਂ ਰਿਮੇਂਡਰ ਥਿਊਰਮ ਅਪਲਾਈ ਕਰ ਸਕਦੇ ਹਾਂ ਠੀਕ ਹੈ ਜੀ ਨਹੀਂ ਤੇ ਫਿਰ ਲੌਂਗ ਮੈਥਡ ਤਾਂ ਸਾਡੇ ਕੋਲ ਹੈ ਹੀ ਹੈ ਠੀਕ ਹੈ ਜੀ ਅੱਗੇ ਨੂੰ ਡਿਸਕਸ ਵੀ ਕਰਾਂਗੇ ਆਪਾਂ ਨੈਕਸਟ ਦੇਖੋ ਜੀ ਫੈਕਟਰਾਇਜ਼ੇਸ਼ਨ ਕੀ ਹੁੰਦੀ ਹੈ factorization of the polynomials ਤੇ ਅੰਦਰ ਜਪਾ ਪਹਿਲਾ ਫੈਕਟਰ ਥਿਊਰਮ ਦੇਖਣਾ ਜੀ ਫੈਕਟਰ ਥਿਊਰਮ ਕੀ ਹੈ ਤੇ ਕੋ ਰਿਮੇਂਡਰ ਥਿਊਰਮ ਅਗਰ ਤੁਹਾਨੂੰ ਆ ਗਈ ਨਾ ਜਿਹੜਾ ਅਪਾ ਡਿਸਕਸ ਕਰ ਚੁੱਕੇ ਹਾਂ ਤਾਂ ਫੈਕਟਰ ਥਿਊਰਮ ਵੀ ਆ ਜਾਏਗੀ ਕਿਵੇਂ ਦੇਖੋ ਮੈਂ x a ਨੂੰ ਡਿਵਾਈਡ ਕੀਤਾ ਸੀ ਅਗਰ ਰਿਮੇਂਡਰ 0 ਆ ਜਾਏ ਪਹਿਲਾਂ ਅਪਾ ਡੈਫੀਨੇਸ਼ਨ ਪੜ੍ਹਨੇ ਕਿ px ਕੋਈ ਪੋਲੀਨੋਮੀਅਲ ਹੈ ਜਿੰਦੀ ਡਿਗਰੀ 1 ਤੋਂ ਜ਼ਿਆਦਾ ਹੈ ਡਿਗਰੀ ਕੀ ਹੈ ਜੀ 1 ਤੋਂ ਜ਼ਿਆਦਾ ਹੈ ਤੇ a ਕੋਈ ਰੀਅਲ ਨੰਬਰ ਹੈ ਜਿੰਨੇ ਵੀ ਆਪਾਂ 10 ਤੱਕ ਪੜ ਚੁੱਕੇ ਨੰਬਰ ਸਾਰੇ ਸਾਡੇ ਕੀ ਹੈ ਜੀ ਰੀਅਲ ਨੰਬਰਸ ਤੇ ਅਗਰ x a ਫੈਕਟਰ ਲਿਆਣਾ ਹੈ ਫੈਕਟਰ ਕਦੋਂ ਕਾਵਾਂਗੇ ਜਦੋਂ ਉਸ a ਨੂੰ ਜਦੋਂ ਮੈਂ x ਦੇ ਵਿੱਚ ਪੁੱਟ ਕਰਾਂਗਾ ਦੇਖੋ ਰਿਮੇਂਡਰ ਥਿਊਰਮ ਤੇ ਆਪਾਂ ਇਹ ਕਿਹਾ ਸੀ ਨਾ ਕਿ ਆਪਾਂ ਕੋਈ a ਪੁੱਟ ਕੀਤਾ ਤੇ ਜੋ ਆਨਸਰ ਆਏਗਾ ਸਾਡਾ ਕੀ ਹੋ ਜਾਏਗਾ ਰਿਮੇਂਡਰ ਬਟ ਉਹ ਰਿਮੇਂਡਰ ਅਗਰ 0 ਆ ਜਾਂਦਾ ਨਾ ਜੀ ਅਗਰ ਰਿਮੇਂਡਰ 0 ਆ ਗਿਆ ਤਾਂ ਸਾਡਾ ਇਸ ਕਹ ਦਾਂਗੇ ਜੀ x 2 ਜਾਂ a इज अ फैक्टर ऑफ दैट पॉलीनोमिया ठीक है जी तो जीरो अगर रिमाइंडर आ ਜਾਂਦਾ ਹੈ पॉलीनोमिअल डिवाइड ਕਰਨਾ ਤਾਂ ਆਪਾਂ ਕਹਿ ਦਾਂਗੇ ਜੀ ਉਹ ਕੀ ਹੈ ਉਸ ਦਾ ਫੈਕਟਰ ਹੈ ਆਜੋ ਆਪਾਂ एग्जांपल ਨਾਲ ਕਰਨੇ ਆ ਜੀ ਸਮੇਂ ਨੇ एग्जांपल ਨਾਲ ਫਾਈਂਡ ਦਾ ਵੈਲਿਊ ਆਫ k ਵੈਲਿਊ k ਦੀ ਫਾਈਂਡ ਕਰਨੀ ਹੈ ਇਫ x 1 इज अ ਫੈਕਟਰ ਆਫ ਦਾ ਪੋਲੀਨੋਮੀਆ ਤਾਂ ਮੈਂ ਅਜੇ ਕਿਹਾ ਕਿ ਦੇਖੋ ਜਦੋਂ ਮੈਂ x -1 0 ਪੁੱਟ ਕਰਾਂਗਾ ਮੈਂ x ਦਾ ਆਨਸਰ ਆਪ ਪਹਿਲਾਂ ਕੱਢ ਲੈਣਾ ਹੈ ਉਹ ਕਿ ਨਾ ਆਏਗਾ ਜੀ 1 ਜੋ ਪਰਮੈਂਡਰ ਥੋਰਮ ਦੇ ਵਿੱਚ ਵੀ ਕੀਤਾ ਸੀ x ਦੀ ਜਗ੍ਹਾ ਤੇ 1 ਪੁੱਟ ਕਰ ਦੇਣਾ ਜੀ ਇਹ ਤੁਸੀਂ ਅੰਨਾ ਤੱਕ ਦੂਸਰੇ ਮੈਂਡਰ ਥੋਰਮ ਤੱਕ ਵੀ ਕਰਦੇ ਸੀ x ਜਗ੍ਹਾ ਤੇ 1 ਪੁੱਟ ਕਰਤਾ ਜੀ ਤੇ ਇਹ ਤੁਹਾਡੇ ਕੋਲ ਸੋਲਵ ਕਰਕੇ ਆ ਗਿਆ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ ਨਿਊ ਚੀਜ਼ ਕੀ ਕੀਤੀ ਕਿ ਦੇਖੋ ਇਹਦੇ ਵਿੱਚ 0 ਕਰਤਾ ਕਿਉਂ ਕਿ ਫੈਕਟਰ ਹੈ ਜਾਂ ਸੋਲੂਸ਼ਨ ਹੈ ਤ ਉਹਨੂੰ ਸੈਟੀਸਫਾਈਸ ਤਾਂ ਕਰੇਗਾ ਤਾਂ ਇਹ ਫੈਕਟਰ ਥਿਊਰਮ ਨੇ ਕਿਹਾ ਸੀ ਕਿ ਦੇਖੋ ਪ वैल्यू ਪੁੱਟ ਕਰ ਰਹੇ ਆ ਤਾਂ ਅਗਰ ਉਹ ਜ਼ੀਰੋ ਬਣ ਜਾਏ ਤਾਂ ਉਹਦਾ ਫੈਕਟਰ ਹੈ ਤੇ ਇਹਦੇ ਵਿੱਚ ਆਪਾਂ ਕੀ ਕੱਢਣਾ ਹੈ ギਵਨ ਹੈ ਕਿ ਸਾਡੇ ਕੋਲ ਫੈਕਟਰ ਹੈ ਤਾਂ ਅਗਰ ਫੈਕਟਰ ギਵਨ ਹੈ ਤਾਂ ਆਪਾਂ ਪੋਲੀਨੋਮੀਅਲ ਦੇ ਵਿੱਚ ਵੈਲਿਊ ਪੁੱਟ ਕਰਕੇ ਉਹਨੇ ਕੁਲ ਟੂ ਕੀ ਕਰ ਦੇਣਾ ਜੀ ਜ਼ੀਰੋ ਪੁੱਟ ਕਰ ਦੇਣਾ ਠੀਕ ਹੈ ਜੀ ਤਾਂ ਸੋਲਵ ਕਰਕੇ ਸਾਡੇ ਕੋਲ ਦੇਖੋ 7 ਆਏਗਾ 7 4 3 ਆ ਗਿਆ 3 k ਤੇ k थ्री उधर जाके हो जाएगा साढ़े को माइनस तो के किन्ना आ गया जी माइनस थ्री क्लीयर हो गया होगा तुम्हें नैक्सट चलने जी कुछ क्वेश्चन डिस्कस करने हैं फाइन द रिमेंडर देखो रिमेंडर फाइन करना पोलीनोमीअल गिवन है तो जिन्हें भी इतने क्वेश्चन सोल्व करने वास्तु बइनोमीअल कही हुई है ना बायनोमीअल दोम्स ठीक है जी एक तो पाठ करावगा बाकी तो आप खुद सोल्व करोगे देखो फस्ट क्वेश्चन देखो एक्स प्लस वन x+1 ਨੂੰ ਪਹਿਲੇ ਇਕੁਅਲ ਟੂ ਕੀਹਿੰਦੇ ਫਿਰ ਕਰ ਲੋ ਜੀ ਜ਼ੀਰੋ ਦੇ ਇਕੁਅਲ x+1 ਨੂੰ ਆਪਾਂ ਕਿਹਿੰਦੇ ਇਕੁਅਲ ਕਰ ਲੈਣੇ ਆ ਜੀ ਜ਼ੀਰੋ ਦੇ ਇਕੁਅਲ ਕਰ ਲੈਣੇ ਆ ਜੀ x ਕਿੰਨਾ ਆ ਜਾਏਗਾ ਜੀ ਮਾਈਨਸ 1 ਤਾਂ ਮਾਈਨਸ 1 ਤੁਸੀਂ ਦੇਖ ਸਕਦੇ ਹੋ ਸੀ ਕਰਤਾ ਸਬਸਟੀਟਿਊਟ ਕਰਤਾ ਮੀਨਸ 온 ਦੀ ਵੈਲਿਊ ਹੁੰਦੀ ਜਗ੍ਹਾ ਤੇ ਭਰਤੀ x ਦੀ ਜਗ੍ਹਾ ਤੇ ਤਾਂ ਆਪਣੇ ਕੋਲ ਰਿਮੇਂਡਰ ਕੀ ਆ ਗਿਆ ਜੀ ਜ਼ੀਰੋ ਇਹ ਤਾਂ ਰਿਮੇਂਡਰ ਕੱਢਣਾ ਸੀ ਅਗਰ ਪੁੱਛ ਲੈਂਦਾ ਕਿ ਐਸੀ ਕੁਸ਼ਨ ਚ ਇਹ ਫੈਕਟਰ ਹੈ ਕਿ ਨਹੀਂ ਤਪਾ ਕਹਿ ਦਨ ਸੀ ਕਿ x 1 ਇਸ ਪੋਲੀਨੋਮੀਅਲ ਦਾ ਫੈਕਟਰ ਹੈ ਬਟ ਪੁੱਛਿਆ ਨੂੰ ਨਰ ਰਿਮੈਂਡਰ ਕਿ ਆਸੇ ਠੀਕ ਹੈ ਜੀ ਨੈਕਸਟ ਪਾਰਟ ਦੇਖੋ ਜੀ ਸੈਕਿੰਡ ਪਾਰਟ x 1 2 ਤਾਂ ਆਪਾਂ ਚੈੱਕ ਕਰਨਾ ਹੈ ਨਰ ਰਿਮੈਂਡਰ ਤਾਂ ਆਪਾਂ ਕਰਾਂਗੇ 1 2 ਪੁੱਟ ਕੇ ਕਰ ਦਾਂਗੇ ਜੀ ਠੀਕ ਹੈ ਜੀ ਸੋਲਵ ਕਰਕੇ ਸਾਡੇ ਕੋਲ ਕੀ ਆ ਜਾਏਗਾ ਜੀ ਰਿਮੈਂਡਰ ਇਹ ਸਿੰਪਲੀ ਕੁਐਸਚਨ ਹੈ ਤੁਸੀਂ ਖੁਦ ਸੋਲਵ ਕਰ ਲੈਣੇ ਆ ਜੀ ਠੀਕ ਹੈ ਜੀ ਨੈਕਸਟ ਚੱਲਨੇ ਆ ਬੜਾ ਇੰਪੋਰਟੈਂਟ ਕੁਐਸਚਨ ਜੋ ਸਾਨੂੰ ਦਿਖਦਾ ਹੈ ਪੇਪਰ 'ਚ ਕਿ ਚੈੱਕ ਵੈਦਰ 7 3x ਇਜ਼ ਅ ਫੈਕਟਰ ਆਫ ਦਿਸ ਦੇਖੋ ਕੁਐਸਚਨ ਧਿਆਨ ਨਾਲ ਦੇਖੋ ਕਿ 7 3x ਪਹਿਲਾਂ ਤਾਂ ਆਪਣੇ ਇਨਕਰੀਜ਼ਿੰਗ ਆਰਡਰ 'ਚ ਲਿਖਸਾਂਗੇ 3x 7 ਲਿਖ ਲਾਂਗੇ ਠੀਕ ਹੈ ਜੀ ਅਗਰ ਫੈਕਟਰ ਪ੍ਰੂਵ ਕਰਨਾ ਹੈ ਤਾਂ ਦੇਖੋ 7 3x ਬੜੇ ਧਿਆਨ ਨਾਲ ਦੇਖ ਰਹੇ ਹੋ ਤੁਸੀਂ ਜਦੋਂ ਮੈਂ dx ਦੀ ਵੈਲਿਊ ਕੱਢੀ ਕਿੰਨੇ ਆ ਗਈ ਸਾਡੇ ਕੋਲ -7/3 ਅਗਰ ਇਸ ਪੋਲੀਨੋਮੀਅਲ ਦੇ ਵਿੱਚ ਪੁੱਟ ਕਰਦੇ ਆ ਸਾਡਾ ਜ਼ੀਰੋ ਬਣ ਜਾਏ ਤਾਂ ਫੈਕਟਰ ਹੈ ਵਰਨਾ ਨਹੀਂ ਹੈ ਤਾਂ MCQ ਦੇ ਵਿੱਚ ਵੀ ਆ ਜਾਂਦਾ ਕਿ ਦੱਸੋ ਜੀ ਇਹ ਫੈਕਟਰ ਹੈ ਜਾਂ ਨਹੀਂ ਹੈ ਨਾ ਚਾਰ ਆਪਸ਼ਨ ਦਿੱਤੀ ਹੁੰਦੀਆਂ ਤਾਂ ਦੱਸਿਆ ਹੁੰਦਾ ਜ਼ੀਰੋ ਜਾਂ ਜੋ ਵੀ ਹੈ ਨਾ ਤਾਂ ਅਸੀਂ ਦੇਖਣਾ ਕਿ ਜ਼ੀਰੋ ਆਇਆ ਜਾਂ ਨਹੀਂ ਆ ਰਿਹਾ ਜਾਂ ਨਹੀਂ ਆ ਰਿਹਾ ਤਾਂ x ਜਗ੍ਹਾ ਤੇ ਆਪਾਂ -7/3 ਪੁੱਟ ਕਰਨੇ ਆ ਜੀ ਠੀਕ ਹੈ ਜੀ देखो जो दो थ्री माइनस सैवन का क्यूब हों अपने को लो, थ्री फोर थ्री ठीक है जी नीचे बने के ट्वेंटी सैवन ट्वेंटी सैवन या थ्री आपका कट करता तो नाइन रह गया उ अपने को सैवन सैवन फोर्टी नाइन तो माइनस प्लस माइनस माइनस हो जाएगा जो सॉल्व किया देखो जीरो नहीं आया तो अगर जीरो नहीं आया तो आप कहेंगे जी इनका फैक्टर नहीं है जी बिल्कुल जी नैक्सट चलने जी क्वेश्चन डिस्कस करने और determine which of the polynomial x 1 is a factor. ਉਹ ਦੱਸਣਾ ਕਿ ਇਹਦਾ ਫੈਕਟਰ ਹੈ ਜਾਂ ਨਹੀਂ। ਸੇਮ ਕੁਸ਼ਣ ਆ ਗਿਆ ਜੀ। x 1 ਨੂੰ ਪਹਿਲਾਂ ਇਕੁਅਲ ਟੂ ਕਰੋ 0 ਦੇ। -1 ਆਏਗਾ ਜੀ। ਪੁੱਟ ਕਰਦੇ ਆਂ ਅਗਰ ਸਾਡਾ ਪੋਲੀਨੋਮੀਅਲ 0 ਬਣ ਰਿਹਾ ਹੈ ਤਾਂ ਇਹਦਾ ਫੈਕਟਰ ਹੈ ਵਰਨਾ ਨਹੀਂ ਹੈ। ਦੇਖੋ ਪੁੱਟ ਜਿੱਤੀ ਵੈਲਿਊਜ਼ ਤਾਂ 0 ਬਣ ਰਿਹਾ ਤਾਂ ਇਹਦਾ ਫੈਕਟਰ ਹੈ। ਠੀਕ ਹੈ ਜੀ। ਨੈਕਸਟ ਪਾਰਟ ਦੇਖੋ। पॉलीनोमियल सेम डिफरेंट है पर x 1 देके थे आपा इक्वल टू 0 करेंगे तो x के ना आ जाएगा -1 तो देखो सॉल्व कर रहे हैं आपा -1 दा पावर 4 1 हो जाएगा क्योंकि माइनस 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 4 माइनस है तो प्लस में आएगा और ये -1 दी क्यूब ऑड पावर है तो -1 फिर -1 दा स्क्वायर इवन पावर है तो 1 फिर अपने को -1 फिर 1 देखो ये तक कट हो जाएंगे ਬਚ ਗਿਆ 1 ਤਾਂ ਇਹ ਇਨ ਦਾ ਸੋਲੂਸ਼ਨ ਜਾਂ ਫੈਕਟਰ ਨਹੀਂ ਹੈ ਜੀ ਠੀਕ ਹੈ ਜੀ ਨੈਕਸਟ ਪਾਰਟ ਤੁਸੀਂ ਖੁਦ ਟਰਾਈ ਕਰੋਗੇ ਜੀ ਨੈਕਸਟ ਚੱਲਨੇ ਆ ਜੀ ਸੇਮ ਕੁਸ਼ਨ ਆਪਾਂ ਇਹਦੀ ਐਗਜ਼ਾਮਪਲ ਡਿਸਕਸ ਕੀਤੀ ਸੀ ਉਹੀ ਕੁਸ਼ਨ ਆ ਗਿਆ ਜੀ x 1 ਇਜ਼ ਅ ਫੈਕਟਰ ਦੇਖੋ ਪਹਿਲਾ x 1 ਨੂੰ ਇਕੁਅਲ ਟੂ 0 ਕਰੋਗੇ x 1 ਜਿੱਥੇ ਜਿੱਥੇ x ਹੋਏਗਾ ਉੱਥੇ ਉੱਥੇ ਆਪਾਂ x ਜਗ੍ਹਾ ਤੇ ਪੁੱਟ ਕਰ ਦੇਣਾ ਜੀ ਵੈਲਿਊ 1 ਤੁਹਾਨੂੰ x² ਦੀ 1 ਆ ਗਿਆ x ਦਾ 1 k 2 k ਤਾਂ k ਉਹਦੇ ਆ ਗਿਆ -2 ਤਾਂ ਜਸਟ ਆਪਾਂ k ਦੀ ਵੈਲਿਊ ਪੁੱਟ ਫਾਈਂਡ ਕਰ ਲਾਂਗੇ ਫੈਕਟਰ ਜੇ ਮਨ ਹੈ ਤਾਂ ਪੋਲੀਨੋਮੀਅਲ ਜ਼ੀਰੋ ਇਕੁਅਲ ਕਰ ਦਾਂਗੇ ਤੇ ਈਜ਼ੀਲੀ ਆਪਾਂ k ਦੀ ਵੈਲਿਊ ਫਾਈਂਡ ਕਰ ਲਾਂਗੇ ਜੀ ਸੈਕੰਡ ਪਾਰਟ ਤੁਸੀਂ ਕੋਧੋ ਕਰੂਗਾ ਮੈਂ 3rd ਪਾਰਟ ਕਰਾਂਨਾ ਜੀ x ਕਿਹਦੇ ਕੀ ਪੁੱਟ ਕਰਨਾ ਜੀ 1 ਤਾਂ x² ਉਹ ਤਾਂ 1 ਬਣ ਜਾ k ਕਿਹ ਲੈ ਰਹਿ ਗਿਆ ਤੇ √2 x 1 جذر 2 ਹੀ ਰਹੇਗਾ 1 देखो k 2 ਉਹਦੇ ਰਹਿ ਕੇ ਹੋ ਜਾਏਗਾ ਤੇ 1 ਉਹਦੇ ਰਹਿ ਕੇ ਹੋ ਜਾਏਗਾ ਤਾਂ k ਕਿੰਨਾ ਆ ਗਿਆ ਸਾਡੇ ਕੋਲ √2 1 ਤਾਂ फोर्थ पार्ट ਵੀ ਸਿਮILAR ਐਵੇਂ ਹੀ ਆਪਾਂ ਕਰਨਾ ਹੈ ਨੈਕਸਟ ਚੱਲਨੇ ਆ ਜੀ ਇਹ ਵੀ 10 ਇਅਰ ਕੁਐਸਚਨ ਹੈ ਆਇਆ ਹੋਇਆ ਬੋਰਡ ਦੇ ਐਗਜ਼ਾਮ ਚ ਕੈਨ x² 1 ਬੀਅਰ ਰੇਮੈਂਡਰ ਬੀਅਰ ਰੇਮੈਂਡਰ ਵਾਈਲ ਡਿਵਾਈਡਿੰਗ this justify your answer ਠੀਕ ਹੈ ਜੀ ਐਕਚੁਅਲੀ ਆਪਾਂ ਇਹਦੇ ਵਿੱਚ ਤੁਸੀਂ ਪੜਿਆ ਹੋਏਗਾ ਕਿ ਡਿਵੀਡੈਂਡ ਡਿਵਾਈਜ਼ਰ ਹਨਾ ਕੋਸ਼ੀਐਂਡ ਰਿਮੇਂਡਰ ਅੱਗੇ ਆਪਾਂ ਡਿਸਕਸ ਵੀ ਕਰਾਂਗੇ ਇੱਕ ਚੀਜ਼ ਤੁਸੀਂ ਇਹਦੇ ਵਿੱਚ ਖਿਆਲ ਰੱਖਣਾ ਕਿ ਜਿਹੜਾ ਰਿਮੇਂਡਰ ਹੁੰਦਾ ਨਾ ਉਹ ਡਿਵਾਈਜ਼ਰ ਨਾਲੋਂ ਛੋਟਾ ਹੁੰਦਾ ਹੈ ਡਿਵਾਈਜ਼ਰ ਮਤਲਬ ਜਿਹਦੇ ਨਾਲ ਆਪਾਂ ਡਿਵਾਈਡ ਕਰ ਰਹੇ ਹਾਂ ਠੀਕ ਹੈ ਜੀ ਜਦੋਂ ਮੈਂ ਗੱਲ ਕਰਾਂ ਇਹ ਸਾਡਾ ਹੋਏਗਾ ਜੀ ਡਿਵਾਈਜ਼ਰ ਕਿਉਂਕਿ ਆਪਾਂ ਵਾਈਲ ਡਿਵਾਈਡਿੰਗ ਦਾ ਇਹ ਸਾਡੇ ਆਪਾਂ ਅੰਦਰ ਟਰਮ ਰੱਖੀ ਦੀ ਹੈ ਪੋਲੀਨੋਮੀਅਲ ਇਹ ਸਾਡਾ ਕੀ ਹੈ ਬਾਈਨੋਮੀਅਲ ਠੀਕ ਹੈ ਜੀ ਜਿਹੜਾ ਬਾਈਨੋਮੀਅਲ ਇਹਨੂੰ ਕਹਿੰਦੇ ਆਪਾਂ ਡਿਵਾਈਜ਼ਰ ਇਹ ਸਾਡਾ ਹੁੰਦਾ ਡਿਵਾਈਜ਼ਰ ਇਹ ਸਾਡਾ ਹੁੰਦਾ ਡਿਵੀਡੈਂਡ ਠੀਕ ਹੈ ਜੀ ਕਹਿੰਦਾ ਜਦੋਂ ਆਪਾਂ x2 1 ਵੀ ਰਿਮੇਨਡਰ ਵਾਈਲ ਡਿਵਾਈਡਿੰਗ ਇੱਕ ਚੀਜ਼ ਤੁਸੀਂ ਯਾਦ ਰੱਖਣੀ ਕਿ ਜਿਹੜਾ ਡਿਵਾਈਜ਼ਰ ਹੁੰਦਾ ਉਹ ਡਿਵੀਡੈਂਡ ਨਾਲੋਂ ਛੋਟਾ ਹੁੰਦਾ ਐ ਇਹਨਾਂ ਤੁਹਾਨੂੰ ਕਲੀਅਰ ਇੱਕ ਚੀਜ਼ ਹੋਰ ਡਿਵਾਈਜ਼ਰ ਜਿਹੜਾ ਹੁੰਦਾ ਹੈ ਰਿਮੇਂਡਰ ਨਾਲੋਂ ਕੀ ਹੁੰਦਾ ਹੈ ਵੱਡਾ ਹੁੰਦਾ ਠੀਕ ਹੈ ਜੀ ਹੁਣ ਤੁਸੀਂ ਧਿਆਨ ਨਾਲ ਦੇਖੋ ਕੁਐਸਚਨ ਦੇ ਵਿੱਚ ਕੈਨ x² 1 ਦੇਖੋ x² 1 ਦੀ ਡਿਗਰੀ ਵੀ 2 ਹੈ ਤੇ ਜਿਹੜਾ ਸਾਡਾ ਡਿਵਾਈਜ਼ਰ ਉਹਦੀ ਡਿਗਰੀ ਵੀ 2 ਹੈ ਤਾਂ ਇਹ ਤਾਂ ਪੋਸੀਬਲ ਨਹੀਂ ਹੋ ਸਕਦਾ ਕਿ ਇਹ ਰਿਮੇਂਡਰ ਆ ਜਾਏ ਤਾਂ ਇਹਦੇ ਵਿੱਚ ਆਨਸਰ ਆਏਗਾ ਕਿ ਆਪਾਂ ਡਿਵਾਈਡ ਹੀ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਆਪਾਂ ਦੇਖੋ ਆਪਾਂ ਅੰਦਰ ਸੋਲੂਸ਼ਨ ਵੀ ਦੇਖਨੇ ਆ ਤਾਂ ਇਹ ਚੀਜ਼ਾਂ ਕਈ ਹੋਣਗੀਆਂ ਜਦੋਂ ਜਦੋਂ ਆਪਾਂ ਡਿਵਾਈਡ ਕਰਨੇ ਆ ਨਾਦਰ ਬੋਲਣਗੇ ਡਿਗਰੀ ਕਿ ਹੋਣੀ ਚਾਹੀਦੀ ਹੈ ਸਾਡੀ ਜੇ ਰਿਮੇਂਡਰ ਦੀ ਉਹ ਡਿਵਾਈਜ਼ਰ ਵੱਡੀ ਹੋਣੀ ਚਾਹੀਦੀ ਹੈ ਰਿਮੇਂਡਰ ਨਾਲੋਂ ਜੋ ਮੈਂ ਚੀਜ਼ਾਂ ਦੱਸੇ ਕਿ ਡਿਵਾਈਜ਼ਰ ਡਿਗਰੀ ਰਿਮੇਂਡਰ ਨਾਲੋਂ ਕਿਉਂ ਨਹੀਂ ਚਾਹੀਦੀ ਹੈ ਜੀ ਵੱਡੀ ਉੱਥੇ ਕੀ ਸੀ ਤਾਂ ਵੱਡੀ ਹੈ ਹੀ ਨਹੀਂ ਬਰਾਬਰ ਆ ਗਈ ਠੀਕ ਹੈ ਜੀ ਤਾਂ ਆਪਾਂ ਕਵਾਂਗੇ ਦੇਰਫੋਰ ਫॉर ਅ 기ਵਨ ਇਕੁਏਸ਼ਨ x² cannot be remainder ਤਾਂ ਰਿਮੇਂਡਰ ਇਹਦਾ ਨਹੀਂ ਹੋਏਗਾ ਕਿਉਂਕਿ ਡਿਗਰੀ ਦੋਨਾਂ ਦੀ ਕੀ ਆ ਗਈ ਜੀ ਬਰਾਬਰ ਠੀਕ ਹੈ ਜੀ ਆਈ ਹੋਪ ਤੁਹਾਨੂੰ ਕਲੀਅਰ ਹੋਏਗਾ ਨੈਕਸਟ ਚੱਲਨੇ ਆ ਜੀ ਹਾਂ ਜੀ ਜੋ 10th ਵਿੱਚ ਆਪਾਂ ਲੌਂਗ ਡਿਵੀਜ਼ਨ ਮੈਥਡ ਪੜੀਦਾ ਕੋ ਆਪਾਂ ਡਿਸਕਸ ਕਰਨੇ ਆ ਲੌਂਗ ਡਿਵੀਜ਼ਨ ਮੈਥਡ ਹੈ ਕੀ ਐਕਚੁਅਲੀ ਜੋ ਆਪਾਂ ਹੁਣੇ ਡਿਸਕਸ ਕੀਤਾ ਹੈ ਡਿਵੀਡੈਂਡ ਡਿਵਾਈਜ਼ਰ ਆਪਾਂ ਦੇਖਨੇ ਆ ਇਹ ਜੋ ਅੰਦਰ ਤੁਸੀਂ ਦੇਖ ਰਹੇ ਹੋ 2x2 7x 7 ਇਹਨੂੰ ਕਹਿੰਦੇ ਆਪਾਂ ਡਿਵੀਡੈਂਡ ਜੋ ਮੈਂ ਤੁਹਾਨੂੰ ਇਹ ਦੱਸਿਆ ਜੋ ਇਹਨਾਂ ਡਿਵਾਈਡ ਕਰ ਰਹੇ ਆ ਉਹ ਡਿਵਾਈਜ਼ਰ ਜੋ ਨੀਚੇ ਤੁਸੀਂ ਦੇਖ ਰਹੇ ਹੋ ਸਾਡਾ ਕੀ ਹੈ ਰਿਮੇਂਡਰ ਇਹ ਸਾਡਾ ਕੀ ਹੈ ਜੀ ਕੁਸ਼ਣ ਠੀਕ ਹੈ ਜੀ ਤਾਂ ਆਪਾਂ ਇਹਦੇ ਵਿੱਚ ਆਪਾਂ ਥਿਊਰਮ ਹੀ ਪੜੀਦੀ ਹੁੰਦੀ ਹੈ 10th ਵਿੱਚ ਠੀਕ ਹੈ ਜੀ ਤਾਂ ਉਹ ਵੀ ਆਪਾਂ ਡਿਸਕਸ ਕਰਨੇ ਕੁਸ਼ਣ ਆ ਡਿਸਕਸ ਕਰਨੇ ਆ ਜੀ ਕਿ ਡਿਵਾਈਡ the polynomial px by polynomial gx and find the quotient and remainder dekho jehda tusi px dekh rahe ho polynomial hai to obviously ki andar eno upar rakhange te jehda binomial jenu divide kar rahe ho aapa bahar rakhange eno kehnde han long division method theek hai ji algorithm theorem hi keh lidiye ha na algorithm method na karo han division algorithm question aunda ki using division algorithm divide the following polynomial ਇੱਕ ਪੋਲੀਨੋਮੀਅਲ ਦੂਜੇ ਪੋਲੀਨੋਮੀਅਲ ਕਿਵੇਂ ਆਪਾਂ ਡਿਵਾਈਡ ਕਰਨਾ ਤੇ 10th ਦੇ ਵਿੱਚ ਬੜਾ ਇੰਪੋਰਟੈਂਟ ਕੁਸ਼ਚਨ ਹੁੰਦਾ ਆਪਾਂ ਉਹੀ ਡਿਸਕਸ ਕਰ ਰਹੇ ਹਾਂ ਦੇਖੋ ਬਾਹਰ ਤੁਸੀਂ ਦੇਖ ਰਹੇ ਹੋ x² ਅੰਦਰ ਕੀ ਹੈ x³ ਇੱਕ ਡਿਗਰੀ ਦਾ ਫਰਕ ਹੈ ਠੀਕ ਹੈ ਅਗਰ ਆਪਾਂ ਨੂੰ ਕੱਟ ਕਰਨਾ ਹੈ ਤਾਂ ਸਾਨੂੰ x ਨਾਲ ਕੀ ਕਰਨਾ ਪੈਗਾ ਨੂੰ ਮਲਟੀਪਲਾਈ ਤੇ ਬੇਸ ਸੇਮ ਹੋ ਜਾਣਗੇ ਪਾਵਰ ਕੀ ਹੋ ਜਾਣਗੇ ਜੀ ਐਡ ਤੇ ਦੇਖੋ x ਨਾਲ ਆਪਾਂ ਨੂੰ ਕੀ ਕਰਤਾ ਮਲਟੀਪਲਾਈ x² ਤੇ x ਕੀ ਬਣ ਗਿਆ ਜੀ x³ ਠੀਕ ਹੈ ਜੀ ਪਲੱਸ ਹੈ ਤਾਂ ਮਾਈਨਸ ਕੱਟ ਹੋ ਗਏ ਠੀਕ ਹੈ ਜੀ ਤੇ ਇਸੇ x ਨੂੰ ਦੇਖੋ ਦੁਬਾਰਾ ਇਸੇ x ਨੂੰ ਆਪਾਂ ਇਹਦੇ ਨਾਲ ਵੀ ਕਰਨਾ ਹੈ ਮਾਈਨਸ 2 ਹੋਣਾ ਤਾਂ -2x ਦੇਖੋ 5x ਦੇ نیچے x ਵਾਲੀ ਟਰਮ ਹੀ ਆਏਗੀ x² ਵਾਲੀ ਟਰਮ ਦੇ ਆਪਾਂ نیچے ਨਹੀਂ ਰੱਖਦੇ ਨਾ ਠੀਕ ਹੈ ਜੀ ਹੁਣ ਜੋ ਚੀਜ਼ ਆਪਾਂ ਛੱਡੀ ਸੀ ਉਹ ਆਪਾਂ दोबारा रखा नीचे ले आवेंगे विद द हेल्प ऑफ हैलीकॉप्टर तो ये प्लस है माइनस ही प्लस हो गया फाइव एक्स प्लस टू एक्स सैवन एक्स ठीक है जी हम देखो इनद केयर है तो बहर तुम देख रहे हो इधर देखो दबारा तो एक्सकेयर डिग्री दोनों की है सेम होगी जी हूँ कि आप मल्टीप्लाई करिए कि सा कट्ट हो जाए बिल्कुल जी माइनस थ्री ना करा जी -3 ਨਾਲ ਆਪਾਂ ਮਲਟੀਪਲਾਈ ਕਰਤਾ x² ਨੂੰ ਵੀ ਤੇ -2 ਨੇ -2 ਤੇ -3 ਕਿ ਹੋ ਗਿਆ 6 ਕਿ ਕਨਸਟੈਂਟ ਦੇ ਨੀਚੇ ਕਨਸਟੈਂਟ ਹੀ ਆਏਗਾ ਤਾਂ 7x ਐਜ਼ ਇਟ ਇਜ਼ ਜੋ ਆਪਾਂ ਛੱਡਿਆ ਸੀ ਨੂੰ ਨੀਚੇ ਲਿਆਣ ਤੇ 6 3 ਕਿੰਨਾ ਹੋ ਗਿਆ ਜੀ c ਦਾ ਮਾਈਨਸ ਤਾਂ 2 ਨੂੰ ਜਦੋਂ ਆਪਾਂ ਪਲੱਸ ਕਰਨੇ ਆਂਸਰ -c ਹੁੰਦਾ ਬਟ ਕਰੀਦਾ ਆਪਾਂ ਪਲੱਸ ਤਾਂ 7x 9 ਕੀ ਆਏਗਾ ਸਾਡਾ ਰਿਮੇਨਡਰ x 3 ਕੀ ਆ ਗਿਆ ਜੀ ਕੁਸ਼ਚਨ ਕਲੀਅਰ ਹੈ ਜੀ ਇਹ ਕੁਸ਼ਚਨ ਹੋਰ ਦੇਖਨੇ ਆ ਜੀ 10 ਇਅਰ ਦੇ ਵਿੱਚ ਕੁਸ਼ਚਨ ਆਇਆ ਹੋਇਆ ਹੈ ਵੀ ਰੀਸੈਂਟਲੀ ਜੋ ਪੇਪਰ ਹੋਇਆ ਸੀ ਉਹਦੇ ਵਿੱਚ ਆਇਆ ਸੀ ਕਿ x³ 3x² x, x, plus x plus 2 ਡਿਵਾਈਡ ਕਰੋ ਕਿੰਨਾ ਜੀ x² 2x 1 ਨਾਲ ਤੇ ਵਿਦ ਦੀ ਹੈਲਪ ਆਫ ਡਿਵੀਜ਼ਨ ਐਲਗੋਰਿਥਮ ਰੀਸੈਂਟਲੀ ਪੇਪਰ ਉਹਦੇ ਵਿੱਚ ਆਇਆ ਸੀ ਆਈ ਥਿੰਕ ਬੇਸਿਕ ਦੇ ਵਿੱਚ ਆਇਆ ਸੀ ਪੇਪਰ ਮੈਥ ਬੇਸਿਕ ਦੇ ਵਿੱਚ ਤਾਂ ਦੇਖੋ ਇਹਦੇ ਵਿੱਚ ਆਪਾਂ ਅੱਛਾ ਪਤਾ ਕਿਵੇਂ ਚੱਲਦਾ ਹੈ ਜੀ ਕਈ ਬੱਚੇ ਕਹਿੰਦੇ ਸਰ ਪਤਾ ਕਿਵੇਂ ਚੱਲੇਗਾ ਕਿ ਇਹਨੂੰ ਆਪਾਂ ਬਾਹਰ ਰੱਖਣਾ ਹੈ ਕਿ ਇਹਨੂੰ ਆਪਾਂ ਅੰਦਰ ਰੱਖਣਾ ਹੈ ਕਿਸ ਪੋਲ ਨੋ ਮੈਨੂੰ ਦੇਖੋ ਜਿਹੜੀ ਜਿਹਨੂੰ ਆਪਾਂ ਅੰਦਰ ਰੱਖਣ ਦੀ ਡਿਗਰੀ ਹਰ ਵਾਰੀ ਵੱਡੀ ਹੋਏਗੀ ਉਹਨਾਂ ਖਿਆਰ ਰੱਖ ਲੈਣਾ ਤੁਸੀਂ ਠੀਕ ਹੈ ਜੀ ਤੇ ਜਿੰਦੀ ਛੋਟੀ ਡਿਗਰੀ ਹੋਏਗੀ ਉਹਨੂੰ ਆਪਾਂ ਬਾਹਰ ਰੱਖ ਲਾਂਗੇ ਠੀਕ ਹੈ ਜੀ ਡਿਵਾਈਡ ਕਰਾਂਗੇ ਦੇਖੋ ਇਹਦੇ ਵਿੱਚ x² ਤੇ ਅੰਦਰ ਕੀ x³ ਤਾਂ ਕਿੰਨਾ ਮਲਟੀਪਲ ਕਰਾਂਗੇ ਜੀ 1 ਡਿਗਰੀ ਦਾ ਫਰਕ x³ ਨਾਲ ਬਿਲਕੁਲ ਜੀ एक्सन टू एक्स ना भी करा माइनस टू एक्स केयर आ जाएगा वो एक्स एक्सन वन ना भी करा एक्स के नीचे एक्स आना चाहिए जी ठीक है जी तो देखो प्लस सी तो माइनस माइनस सी तो प्लस प्लस सी तो माइनस ठीक है जी एक्स क्यूब न एक्स क्यूब कट हो गया जी तो माइनस थ्री एक्स केयर प्लस टू एक्स केयर नीचे वाला साइन देख ना आप माइनस थ्री तो प्लस टू साइन का माइनस थ्री एक्स ठीक है जी x एक्स तक घट हो गया जी प्लस टू ठीक है जी हम देखो एक्स स्केयर एक्स स्केयर एस एक्स स्केयर डिग्री सेम है जी एक्स स्केयर सिर्फ माइनस का फर्क है जी तो माइनस वन आप कर देंगे जी मल्टीप्लाई तो माइनस एक्स स्केयर हो गया जी एस ए माइनस वन टू एक्स ना करा जी माइनस माइनस की हो जाएगा जी प्लस टू एक्स ऊपर कोई टर्म नहीं थोड़ा एज इट इज़ लिख देंगे माइनस प्लस माइनस वन ठीक है जी साइन चेंज करा तो यह कट हो जाएगा जी टू एक्स साइन चेंज करके माइनस टू एक्स तो माइनस वन सिन द प्लस ये साढ़ा की आ गया जी रिमेंडर अच्छा पेपर के ना क्वेश्चन की पुछते हैं क्वेश्चन एवं कह डिवाइड कर दो पुल नमेंट तो फिर कहू वेरीफाई भी करो देखो एलगोरिथम थ्योरम की कहती है कि डिविडेंट इज इक्वल टू डिवाइजर माइनस कोशियन प्लस रिमेंडर ਠੀਕ ਹੈ ਜੀ ਤਾਂ ਡਿਵਾਈਜ਼ਰ ਸਾਡਾ ਕੀ ਸੀ x2 2x 1 ਠੀਕ ਹੈ ਜੀ ਕੋਸ਼ੀਐਂਟ x 1 ਪਲੱਸ ਰਿਮੇਂਡਰ ਦੇਖੋ ਨੂੰ ਆਪਾਂ ਸੋਲਵ ਕੀਤਾ ਜਦੋਂ ਦੇਖੋ ਡਿਵਿਡੈਂਡ ਹੀ ਬਣ ਗਿਆ ਮੀਨਸ ਰਾਈਟ ਤੇ ਲੈਫਟ ਕੀ ਹੋਗੇ ਜੀ ਬਰਾਬਰ ਹੋਗੇ ਜਦੋਂ ਰਾਈਟ ਲੈਫਟ ਬਰਾਬਰ ਹੋਣਗੇ ਤਾਂ ਸਾਡੀ ਥਿਊਰਮ ਕੀ ਹੋ ਜਾਏਗੀ ਵੈਰੀ ਫਾਈਟ ਠੀਕ ਹੈ ਜੀ ਇਹ ਸੀ ਅੱਜ ਦਾ ਟੌਪਿਕ ਜੀ ਆਈ ਹੋਪ ਤੁਹਾਨੂੰ ਸਮਝ ਲੱਗੀ ਹੋਈਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਸੁਜੈਸ਼ਨ ਦੇਣਾ ਤੇ ਕੋਈ ਵੀ ਡਾਊਟ ਹੋਣਾ ਹੋਏ ਤੁਹਾਨੂੰ ਤਾਂ ਕਮੈਂਟ ਕਰਕੇ ਪੁੱਛ ਲੈਣਾ ਜੀ ਠੀਕ ਹੈ ਜੀ ਥੈਂਕਸ ਹੈਵ ਅ ਨਾਈਟ